ਨਾ ਜੀ, ਸੁਤੰਤਰਤਾ ਦੇਵੀ ਕਿੱਦਾਂ ਹੋਈ ਚੋਰੀ, ਤੁਸੀਂ ਕਿੱਥੇ ਸੀਗੇ? ਮੈਂ ਨਾ ਭਾਅ ਜੀ ਦਵਾ ਲੈਣ ਗਈ ਸੀ ਗੋਡਿਆਂ ਦੀ, ਗੋਡੇ ਬਹੁਤ ਦੁਖਦੇ ਸੀਗੇ। 11:15 ਵਜੇ ਮੈਂ ਗਈ ਆ ਦਵਾਈ ਲੈਣ, ਤੇ 1:30 ਵਜੇ ਮੈਂ ਆ ਗਈ ਆ, ਤੇ ਬਸ ਆ ਕੇ ਮੈਂ ਆ ਜਿੰਦਾ ਖੋਲਿਆ, ਮੈਂ ਜਿੰਦਾ ਖੋਲਿਆ ਦੇਖਿਆ ਜਾਲੀ ਜਿਲੇ ਫਟੀ ਹੋ ਦੇਖੀ ਮੈਂ, ਮੈਂ ਕਿਹਾ ਅੱਜ ਕੋਈ ਵਾਰਦਾਤ ਹੋ ਗਈ ਆ। ਫਿਰ ਮੈਂ ਦੂਆ ਜਿੰਦਾ ਖੋਲਿਆ, ਮੈਂ ਤਾਂ ਅੰਦਰ ਹੀ ਨਹੀਂ ਵੜੀ, ਮੈਂ ਤਾਂ ਬਾਹਰ ਹੀ ਬਾਹਰ ਰੋ ਰੋ ਕੇ ਸਾਰਿਆਂ ਨੂੰ ਦੱਸਿਆ, ਮੈਂ ਕਿਹਾ ਮੇਰੀ ਚੋਰੀ ਲੱਗ ਗਈ ਆ। ਕਿੰਨੀ ਕੁ ਵਜੇ ਤੁਸੀਂ ਗਏ ਆ ਤੇ ਵਾਪਸ ਕਿੰਨੇ ਕੁ ਵਜੇ, ਕਿੰਨੀ ਕੁ ਦੇਰ ਚ ਆ ਗਏ? ਮੈਂ ਗਿਆ 11:15 ਵਜੇ ਗਈ, 1:30 ਵਜੇ ਆ ਗਈ ਆ। ਠੀਕ ਹੈ, ਹਾਂਜੀ। ਤੇ ਪੁਲਿਸ ਨੂੰ ਇਤਲਾਹ ਦਿੱਤੀ? ਹਾਂਜੀ। ਕੀ ਕਹਿੰਦੀ ਪੁਲਿਸ? ਪਤਾ ਨਹੀਂ ਪਏ ਗਏ ਸੀਗੇ, ਮੈਨੂੰ ਤਾਂ ਪਤਾ। ਕਿੰਨਾ ਨੁਕਸਾਨ ਹੋ ਗਿਆ ਤੁਹਾਡਾ? ਸਾਡਾ ਨੁਕਸਾਨ ਕਾਫੀ ਹੋ ਗਿਆ, ਕੁੜੀ ਦੇ ਗਹਿਣੇ ਸੀਗੇ ਮੇਰੇ ਸੀਗੇ, 40-50 ਹਜ਼ਾਰ ਰੁਪਇਆ ਵੀ ਪਿਆ ਸੀਗਾ। ਗਹਿਣਾ ਕਿੰਨਾ ਸੀਗਾ? ਗਹਿਣਾ ਸੀਗਾ 14-15 ਤੋਲੇ ਤਾਂ ਹੋਣਾ ਹੀ ਅੰਦਾਜ਼ੇ ਨਾਲ, ਜ਼ਿਆਦਾ ਹੋਊਗਾ ਤਾਂ ਮੈਂ ਕਹਿ ਨਹੀਂ ਸਕਦੀ, ਜ਼ਿਆਦਾ ਸੀਗਾ, ਨੁਕਸਾਨ ਹੋ ਗਿਆ। ਕੁੜੀ ਦਾ ਮੈਨੂੰ ਜ਼ਿਆਦਾ ਹੈ, ਉਹਦਾ 1,00,000 ਬੇਟੀ ਦਾ ਸੀਗਾ। ਹਾਂਜੀ, ਮੇਰਾ ਵੀ ਪਿੱਛੇ ਸੀ, ਬੇਟੀ ਦਾ ਵੀ ਸੀਗਾ। ਚੋਰੀ ਦੇ ਕਾਰਨ ਘਰ ਦੇ ਵਿੱਚ ਜਿਸ ਤਰ੍ਹਾਂ ਬਲਾਪ ਹੋ ਰਿਹਾ, ਕਿੰਨੇ ਕੁ ਦੁਖੀ ਹੋਣਗੇ, ਕੀ ਕਹੋ ਗਿਆ ਇਹੋ ਜਿਹੀਆਂ ਚੋਰੀਆਂ? ਸਾਡੀ ਜੇਬ ਚੋਂ 10 ਰੁਪਏ ਸੱਜੇ ਕੱਢੇ ਹੋਏ, ਸਾਨੂੰ ਤਕਲੀਫ ਹੁੰਦੀ ਹੈ। ਔਰ ਜਿਨ੍ਹਾਂ ਨੇ ਤੁਹਾਡੇ ਸਾਹਮਣੇ ਦੱਸਿਆ ਵੀ 6-7 ਹਜ਼ਾਰ ਤਨਖਾਹ ਲੈਂਦਾ, ਉਹਨੇ ਆਪਣੀ ਬੇਟੀ ਦਾ ਵਿਆਹ ਵੀ ਕੀਤਾ, ਤੇ ਇਹ ਬਲਾਪ ਦੇਖ ਕੇ ਤਾਂ ਸਾਨੂੰ ਆਪਣੇ ਆਪ ਨੂੰ ਹੁੰਦਾ ਵੀ ਜਿਹੜੇ ਚੋਰੀਆਂ ਕਰਕੇ ਜਾਂਦੇ ਉਹ ਪਤਾ ਨਹੀਂ ਕਿੱਦਾਂ ਹਜ਼ਮ ਕਰਦੇ ਆ, ਸਾਨੂੰ ਤਾਂ ਕਦੇ ਪਾਣੀ ਦਾ ਗਲਾਸ ਵੀ ਮਿਲ ਜਾਵੇ ਅਸੀਂ ਉਹ ਵੀ ਨਹੀਂ ਹਜ਼ਮ ਕਰ ਸਕਦੇ। ਹੀਰਾ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੇਲ ਨਹੀਂ ਲੱਗੀ? ਪਰ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਟੈਲੀਫੋਨ ਕੀਤਾ ਸੀ, ਸਾਨੂੰ ਸੱਦਿਆ, ਕਹਿੰਦੇ ਲਿਖ ਕੇ ਦੇ ਕੇ ਜਾਓ, 2:15 ਜਾ ਕੇ ਮੈਂ ਲਿਖ ਕੇ ਦੇ ਕੇ ਆਇਆ, ਮੈਂ ਵੈਲਫੇਅਰ ਸੋਸਾਇਟੀ ਕਿੱਥੇ ਦਾ ਮਤਲਬ ਮੈਂ ਵੈਲਫੇਅਰ ਦੇ ਪ੍ਰੈਜ਼ੀਡੈਂਟ ਹਾਂ, ਮੈਂ ਆਪਣੇ ਨਾਲ ਲੈ ਕੇ ਦਿਆਲ ਸਿੰਘ ਨੂੰ ਆਪ ਲੈ ਕੇ ਦੇ ਕੇ ਆਇਆ, ਔਰ ਹਲੇ ਤੱਕ 3 ਘੰਟੇ ਹੋ ਗਏ ਸਾਡੇ MC ਲੋਕੇਸ਼ ਉਹਦੇ ਨੇ ਵੀ ਟੈਲੀਫੋਨ 2 ਵਾਰੀ ਕੀਤਾ, ਮੈਂ ਵੀ 2-3 ਵਾਰੀ ਕੀਤਾ, ਅਸੀਂ ਆਏ ਜੀ 5 ਮਿੰਟਾਂ ਬਾਅਦ, 10 ਮਿੰਟਾਂ ਬਾਅਦ, 1/2 ਘੰਟੇ ਹਲੇ ਤੱਕ ਨਹੀਂ ਆਇਆ। ਸੁਤੰਤਰਤਾ ਦੇਵੀ ਕਿੱਦਾਂ ਹੋਈ ਚੋਰੀ, ਤੁਸੀਂ ਕਿੱਥੇ ਸੀਗੇ? ਮੈਂ ਨਾ ਭਾਅ ਜੀ ਦਵਾ ਲੈਣ ਗਈ ਸੀ ਗੋਡਿਆਂ ਦੀ, ਗੋਡੇ ਬਹੁਤ ਦੁਖਦੇ ਸੀਗੇ। 11:15 ਵਜੇ ਮੈਂ ਗਈ ਆ ਦਵਾਈ ਲੈਣ, ਤੇ 1:30 ਵਜੇ ਮੈਂ ਆ ਗਈ ਆ, ਤੇ ਬਸ ਆ ਕੇ ਮੈਂ ਆ ਜਿੰਦਾ ਖੋਲਿਆ, ਮੈਂ ਜਿੰਦਾ ਖੋਲਿਆ ਦੇਖਿਆ ਜਾਲੀ ਜਿਲੇ ਫਟੀ ਹੋ ਦੇਖੀ ਮੈਂ, ਮੈਂ ਕਿਹਾ ਅੱਜ ਕੋਈ ਵਾਰਦਾਤ ਹੋ ਗਈ ਆ। ਫਿਰ ਮੈਂ ਦੂਆ ਜਿੰਦਾ ਖੋਲਿਆ, ਮੈਂ ਤਾਂ ਅੰਦਰ ਹੀ ਨਹੀਂ ਵੜੀ, ਮੈਂ ਤਾਂ ਬਾਹਰ ਹੀ ਬਾਹਰ ਰੋ ਰੋ ਕੇ ਸਾਰਿਆਂ ਨੂੰ ਦੱਸਿਆ, ਮੈਂ ਕਿਹਾ ਮੇਰੀ ਚੋਰੀ ਲੱਗ ਗਈ ਆ। ਕਿੰਨੀ ਕੁ ਵਜੇ ਤੁਸੀਂ ਗਏ ਆ ਤੇ ਵਾਪਸ ਕਿੰਨੇ ਕੁ ਵਜੇ, ਕਿੰਨੀ ਕੁ ਦੇਰ ਚ ਆ ਗਏ? ਮੈਂ ਗਿਆ 11:15 ਵਜੇ ਗਈ, 1:30 ਵਜੇ ਆ ਗਈ ਆ। ਠੀਕ ਹੈ, ਹਾਂਜੀ। ਤੇ ਪੁਲਿਸ ਨੂੰ ਇਤਲਾਹ ਦਿੱਤੀ? ਹਾਂਜੀ। ਕੀ ਕਹਿੰਦੀ ਪੁਲਿਸ? ਪਤਾ ਨਹੀਂ ਪਏ ਗਏ ਸੀਗੇ, ਮੈਨੂੰ ਤਾਂ ਪਤਾ। ਕਿੰਨਾ ਨੁਕਸਾਨ ਹੋ ਗਿਆ ਤੁਹਾਡਾ? ਸਾਡਾ ਨੁਕਸਾਨ ਕਾਫੀ ਹੋ ਗਿਆ, ਕੁੜੀ ਦੇ ਗਹਿਣੇ ਸੀਗੇ ਮੇਰੇ ਸੀਗੇ, 40-50 ਹਜ਼ਾਰ ਰੁਪਇਆ ਵੀ ਪਿਆ ਸੀਗਾ। ਗਹਿਣਾ ਕਿੰਨਾ ਸੀਗਾ? ਗਹਿਣਾ ਸੀਗਾ 14-15 ਤੋਲੇ ਤਾਂ ਹੋਣਾ ਹੀ ਅੰਦਾਜ਼ੇ ਨਾਲ, ਜ਼ਿਆਦਾ ਹੋਊਗਾ ਤਾਂ ਮੈਂ ਕਹਿ ਨਹੀਂ ਸਕਦੀ, ਜ਼ਿਆਦਾ ਸੀਗਾ, ਨੁਕਸਾਨ ਹੋ ਗਿਆ। ਕੁੜੀ ਦਾ ਮੈਨੂੰ ਜ਼ਿਆਦਾ ਹੈ, ਉਹਦਾ 1,00,000 ਬੇਟੀ ਦਾ ਸੀਗਾ। ਹਾਂਜੀ, ਮੇਰਾ ਵੀ ਪਿੱਛੇ ਸੀ, ਬੇਟੀ ਦਾ ਵੀ ਸੀਗਾ।